Microsoft Word Part Number 3 लास्ट वीडियो ਦੇ ਵਿੱਚ ਆਪਾਂ ਦੇਖਿਆ ਸੀ ਕਿ ਹੋਮ ਬਟਨ ਦੀਆਂ ਪ੍ਰੋਪਰਟੀਆਂ ਨੂੰ ਯੂਜ਼ ਕਰਕੇ ਕੋਈ ਵੀ ਡਾਕੂਮੈਂਟ ਨੂੰ ਕਿਸ ਤਰ੍ਹਾਂ ਆਪਾਂ ਫਾਰਮੈਟ ਕਰ ਸਕਦੇ ਆ, ਕਿਸ ਤਰ੍ਹਾਂ ਆਪਾਂ ਉਸ ਨੂੰ ਐਡਿਟ ਕਰ ਸਕਦੇ ਆ। ਇਹ ਸਾਰੇ ਜਿਹੜੀਆਂ ਆਪਾਂ ਹੋਮ ਬਟਨ ਦੀਆਂ ਪ੍ਰੋਪਰਟੀਆਂ ਸੀ ਉਹ ਆਪਾਂ ਲਾਸਟ ਵੀਡੀਓ 'ਚ ਯੂਜ਼ ਕਰ ਲਈਆਂ ਸੀਗੀਆਂ। ਤੇ ਅੱਜ ਦਾ ਆਪਣਾ ਟੌਪਿਕ ਹੈਗਾ ਮੈਨੂ ਬਾਰ ਦੀ ਨੈਕਸਟ ਬਟਨ ਜਿਹੜਾ ਕਿ ਇਨਸਰਟ ਟੈਬ ਆ, ਉਸ ਨੂੰ ਅੱਜ ਆਪਾਂ ਯੂਜ਼ ਕਰਾਂਗੇ। ਇਨਸਰਟ ਟੈਬ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਟੈਬ ਹੁੰਦੀ, ਜ਼ਿਆਦਾਤਰ ਆਫੀਸ਼ੀਅਲ ਵਰਕ ਦੇ ਵਿੱਚ ਇਨਸਰਟ ਟੈਬ ਦਾ ਬਹੁਤ ਹੀ ਜ਼ਿਆਦਾ ਯੂਜ਼ ਹੁੰਦਾ ਆ। ਸੋ ਅੱਜ ਜਿਹੜਾ ਇਨਸਰਟ ਟੈਬ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਆ, ਕਿਉਂਕਿ ਇਹਦਾ ਟੌਪਿਕ ਜਿਹੜਾ ਥੋੜਾ ਲੈਂਥੀ ਹੋ ਜਾਵੇਗਾ। ਸੋ ਇਸ ਕਰਕੇ ਫਸਟ ਪਾਰਟ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਬਲੈਂਕ ਪੇਜਸ ਆਪਾਂ ਕਿਸ ਤਰ੍ਹਾਂ ਇਨਸਰਟ ਕਰ ਸਕਦੇ ਆ, ਕੋਈ ਪਿਕਚਰ ਇਨਸਰਟ ਕਿਸ ਤਰ੍ਹਾਂ ਕਰ ਸਕਦੇ, ਟੇਬਲ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ, ਕਵਰ ਪੇਜਸ ਕਿਸ ਤਰ੍ਹਾਂ ਆਪਾਂ ਬਣਾ ਸਕਦੇ, ਪੇਜ ਬ੍ਰੇਕ ਕੀ ਹੁੰਦਾ ਹੈ, ਨਾਲ ਹੀ ਆਪਾਂ ਹੈਡਰ ਐਂਡ ਫੁੱਟਰ ਬਾਰੇ ਦੇਖਾਂਗੇ। ਤੇ ਬਾਕੀ ਜਿੰਨੀਆਂ ਵੀ ਰੈਸਟ ਰਹਿ ਗਈਆਂ ਇਨਸਰਟ ਟੈਬ ਦੀਆਂ ਆਪਸ਼ਨਸ, ਉਹਨਾਂ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਅਪ ਕਰਾਂਗੇ। ਸੋ ਅੱਜ ਦੀ ਵੀਡੀਓ ਆਪਾਂ ਜਲਦੀ ਨਾਲ ਸਟਾਰਟ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਜਿਹੜੇ ਵੀ ਨਵੇਂ ਆ ਚੈਨਲ ਦੇ ਉੱਤੇ, ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਨੂੰ, ਔਰ ਬੈਲ ਬਟਨ ਦੇ ਆਈਕਨ ਦੇ ਉੱਤੇ ਜ਼ਰੂਰ ਕਲਿੱਕ ਕਰ ਲੈਣਾ, ਤਾਂ ਕਿ ਆਉਣ ਵਾਲੇ ਵੀਡੀਓਜ਼ ਤੇ ਸਾਰੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਲਾਈਕ ਐਂਡ ਸ਼ੇਅਰ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ। ਤੋ ਜਲਦੀ ਨਾਲ ਵੀਡੀਓ ਜਿਹੜੀ ਹੈ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਐਮ ਐਸ ਵਰਡ ਨੂੰ ਓਪਨ ਕਰਾਂਗੇ, ਸਟਾਰਟ ਬਟਨ ਦੇ ਉੱਤੇ ਕਲਿੱਕ ਕਰਾਂਗੇ, ਆਲ ਪ੍ਰੋਗਰਾਮਸ ਦੇ ਉੱਤੇ ਕਲਿੱਕ ਕਰਾਂਗੇ, ਦੈਨ ਮਾਈਕਰੋਸੋਫਟ ਆਫਿਸ ਦੇ ਉੱਤੇ ਕਲਿੱਕ ਕਰਾਂਗੇ, ਦੈਨ ਮਾਈਕਰੋਸੋਫਟ ਵਰਡ ਉੱਤੇ ਕਲਿੱਕ ਕਰਾਂਗੇ, ਜਾਂ ਫਿਰ ਇਹਨੂੰ ਡਰੈਗ ਕਰਕੇ ਤੁਸੀਂ ਰੱਖ ਸਕਦੇ ਹੋ ਕਿਤੇ ਵੀ। ਸੋ ਜਿੱਦਾਂ ਕਿ ਮੈਂ ਟਾਸਕ ਵਾਰ ਦੇ ਉੱਤੇ ਰੱਖਿਆ ਹੋਇਆ ਆ, ਮੈਂ ਉਹਦੇ ਉੱਤੇ ਕਲਿੱਕ ਕਰਕੇ ਉਸਨੂੰ ਓਪਨ ਕਰ ਲਾਂਗੀ। ਦੇਖੋ ਨੀਚੇ ਜਿੱਦਾਂ ਟਾਸਕ ਵਾਰ ਦੇ ਉੱਤੇ ਪਿਆ, ਮੈਂ ਇੱਥੇ ਕਲਿੱਕ ਕਰਾਂਗੀ, ਦੈਨ ਇਹ ਓਪਨ ਹੋ ਜਾਵੇਗਾ। ਜਿੱਦਾਂ ਕਿ ਆਪਾਂ ਲਾਸਟ ਜਿਹੜਾ ਸੀਗਾ ਹੋਮ ਟੈਬ ਬਾਰੇ ਪੜਿਆ ਸੀਗਾ, ਮਤਲਬ ਮੈਨੀ ਵਾਰ ਦੀ ਫਸਟ ਟੈਬ ਬਾਰੇ, ਅੱਜ ਆਪਾਂ ਜਿਹੜਾ ਸੈਕਿੰਡ ਟੈਬ ਆ ਇਨਸਰਟ ਟੈਬ ਉਸਦੇ ਬਾਰੇ ਪੜਾਂਗੇ। ਉਸਦੇ ਵਿੱਚ ਅੱਜ ਜਿਹੜਾ ਆ ਆਪਾਂ ਕਵਰ ਪੇਜਸ ਕਿਸ ਤਰ੍ਹਾਂ, ਬਲੈਂਕ ਪੇਜਸ, ਪੇਜ ਬ੍ਰੇਕ, ਟੇਬਲ ਕ੍ਰੀਏਟ ਕਰਨਾ, ਪਿਕਚਰ, ਕਲਿਪ ਆਰਟ, ਨੈਕਸਟ ਹੈਡਰ, ਫੁੱਟਰ ਐਂਡ ਪੇਜ ਨੰਬਰਸ, ਇਹਨਾਂ ਦੇ ਬਾਰੇ ਸਾਰਾ ਅੱਜ ਆਪਾਂ ਦੇਖਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਇਹ ਕਿਸ ਤਰ੍ਹਾਂ ਯੂਜ਼ ਹੁੰਦੇ, ਅਤੇ ਬਾਕੀ ਆਪਾਂ ਨੈਕਸਟ ਵੀਡੀਓ 'ਚ ਯੂਜ਼ ਕਰਾਂਗੇ। ਸੋ ਦੇਖੋ ਮੈਂ ਕਵਰ ਪੇਜ ਦੇ ਉੱਤੇ ਕਲਿੱਕ ਕੀਤਾ, ਦੈਨ ਆਪਣੇ ਕੋਲ ਬਹੁਤ ਸਾਰੇ ਕਵਰ ਪੇਜ ਆ ਗਏ ਆ। ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਕਵਰ ਪੇਜ ਜਿਹੜਾ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਹੋ। ਜਿੱਦਾਂ ਕਿ ਮੈਂ ਫੋਰ ਐਗਜ਼ਾਮਪਲ ਦੇ ਲਈ ਮੈਂ ਜਿਹੜਾ ਆ ਇਹ ਵਾਲਾ ਇੱਕ ਕਵਰ ਪੇਜ ਜਿਹੜਾ ਆ ਲੈ ਲਿਆ ਆ। ਸੋ ਤੁਸੀਂ ਆਪਣੇ ਅਕੋਰਡਿੰਗ ਅਗਰ ਜੋ ਵੀ ਤੁਸੀਂ ਬੁੱਕ ਦਾ ਵਗੈਰਾ ਦਾ ਕ੍ਰੀਏਟ ਕਰਨਾ, ਤੁਸੀਂ ਉਹਦੇ ਅਕੋਰਡਿੰਗ ਲੈ ਸਕਦੇ ਹੋ। ਸੋ ਜਿਸ ਤਰ੍ਹਾਂ ਇਹ ਕਵਰ ਪੇਜ ਆ ਗਿਆ, ਜਿਸ ਤਰ੍ਹਾਂ ਆਪਣੇ ਬੁੱਕ ਦਾ ਕੋਈ ਕਵਰ ਪੇਜ ਹੁੰਦਾ ਉਸੇ ਤਰ੍ਹਾਂ। ਸੋ ਮੰਨ ਲਓ ਕਿ ਇਹ ਕੋਈ ਮੋਟੀਵੇਸ਼ਨਲ ਬੁੱਕ ਆ, ਸੋ ਮੈਂ ਇੱਥੇ ਲਿਖ ਦਿੰਦੀ ਹਾਂ ਕਿ ਮੋਟੀਵੇਸ਼ਨਲ ਸਟੋਰੀ, ਮਤਲਬ ਕਿ ਇਸ ਬੁੱਕ ਦਾ ਨਾਮ ਹੈਗਾ ਆ ਮੋਟੀਵੇਸ਼ਨਲ ਸਟੋਰੀ ਮੈਂ। ਸੋ ਇਹਦਾ ਜਿਹੜਾ ਨਾਮ ਦਿੱਤਾ, ਦੇਖੋ ਨੀਚੇ ਜਿਹੜਾ ਇਹਦਾ ਸਬ ਟਾਈਟਲ ਦਿੱਤਾ ਹੋਇਆ, ਤੁਸੀਂ ਉਹਦੇ ਉੱਤੇ ਕਲਿੱਕ ਕਰਨਾ, ਦੈਨ ਉਹਦੇ ਵਿੱਚ ਵੀ ਤੁਸੀਂ ਟਾਈਪ ਕਰ ਦੇਣਾ ਆ ਜਿੱਦਾਂ ਕਿ ਮੈਂ ਇੱਥੇ ਲਿਖ ਦਿੱਤਾ ਰਾਈਟਰ ਕਿਰਨ ਸੋਢੀ। ਸੋ ਮੈਂ ਇੱਥੇ ਜਿਹੜਾ ਨਾਮ ਲਿਖ ਦਿੱਤਾ ਕੋਈ ਵੀ, ਨੀਚੇ ਜਿਹੜਾ ਟੈਕਸਟ ਉਹ ਮੈਂ ਫਿਲਹਾਲ ਇੱਦਾਂ ਹੀ ਰਹਿਣ ਦਿੰਦੀ ਹਾਂ। ਸੋ ਜਿਹੜਾ ਬਲੈਂਕ ਪੇਜ ਆ ਉਸ ਤੋਂ ਨੀਚੇ, ਉੱਥੇ ਮੈਂ ਇੱਕ ਫਾਰਮੂਲਾ ਲਗਾ ਕੇ ਇੱਕ ਰੈਂਡਮ ਟੈਕਸਟ ਲੈ ਲੈਂਦੀ ਹਾਂ ਤਾਂ ਕਿ ਮੈਨੂੰ ਜ਼ਿਆਦਾ ਲਿਖਣਾ ਨਾ ਪਵੇ ਅਤੇ ਵੀ ਟਾਈਮ ਵੇਸਟ ਨਾ ਹੋਵੇ। ਸੋ ਮੈਂ ਇੱਥੇ ਕੋਈ ਵੀ ਰੈਂਡਮ ਟੈਕਸਟ ਲੈ ਲਿਆ ਆ। ਹੁਣ ਦੇਖੋ ਜਿਹੜਾ ਉੱਪਰਲਾ ਆਪਣਾ ਕਵਰ ਪੇਜ ਆ ਚੁੱਕਾ, ਇਹਦੀਆਂ ਤੁਸੀਂ ਸਾਰੀਆਂ ਫਾਰਮੈਟਿੰਗ ਚੇਂਜ ਕਰ ਸਕਦੇ ਹੋ। ਦੇਖੋ ਇਹਦੇ ਨਾਲ ਹੀ ਇਸਦਾ ਫਾਰਮੈਟ ਟੈਬ ਜਿਹੜੀ ਆ ਉਹ ਅਵੇਲੇਬਲ ਹੋ ਜਾਂਦੀ ਆ। ਜਦੋਂ ਵੀ ਆਪਾਂ ਕੋਈ ਇੱਦਾਂ ਕੋਈ ਵੀ ਸੈਟਿੰਗ ਕਰਨੀ ਹੁੰਦੀ ਆ, ਦੈਨ ਜਿਹੜਾ ਉਹਦੀ ਫਾਰਮੈਟ ਟੈਬ ਆਪਣੇ ਆਪ ਅਵੇਲੇਬਲ ਹੋ ਜਾਂਦੀ। ਦੇਖੋ ਜਿੱਦਾਂ ਮੈਂ ਹੁਣ ਆ ਬਲੈਂਕ ਪੇਜ 'ਤੇ ਕਲਿੱਕ ਕੀਤਾ, ਦੈਨ ਫਾਰਮੈਟ ਟੈਬ ਜਿਹੜੀ ਉਹ ਗਾਇਬ ਹੋ ਗਈ, ਬਟ ਜਦੋਂ ਮੈਂ ਇਹਦੇ ਉੱਤੇ ਕਵਰ ਪੇਜ 'ਤੇ ਕਲਿੱਕ ਕਰਦੀ, ਦੈਨ ਫਾਰਮੈਟ ਟੈਬ ਦੁਬਾਰਾ ਆ ਜਾਂਦੀ ਆ। ਸੋ ਦੇਖੋ ਇੱਥੋਂ ਅਗਰ ਮੈਂ ਇਹਦਾ ਕਲਰ ਚੇਂਜ ਕਰਨਾ ਹੋਵੇ, ਦੈਨ ਮੈਂ ਫਾਰਮੈਟ ਟੈਬ ਦੇ ਵਿੱਚ ਜਾ ਕੇ ਚੇਂਜ ਕਰ ਸਕਦੀ ਹਾਂ। ਮਤਲਬ ਇਹਦੀਆਂ ਕਵਰ ਪੇਜ ਦੀਆਂ ਜਿੰਨੀਆਂ ਵੀ ਸੈਟਿੰਗ ਅਸੀਂ ਆਪਣੇ ਅਕੋਰਡਿੰਗ ਕਰਨਾ ਚਾਹੁੰਦੇ ਹਾਂ, ਉਹ ਸਾਰੀਆਂ ਸੈਟਿੰਗਸ ਆਪਾਂ ਇੱਥੋਂ ਕਰ ਸਕਦੇ ਹਾਂ। ਚਾਹੇ ਉਹ ਟੈਕਸਟ ਨਾਲ ਰਿਲੇਟਡ ਹੋਵੇ, ਚਾਹੇ ਕਲਰ ਹੋਵੇ, ਚਾਹੇ ਕੋਈ ਵੀ ਸੈਟਿੰਗ, ਚਾਹੇ ਪਿਕਚਰ ਚੇਂਜ ਕਰਨਾ ਹੋਵੇ, ਉਹ ਸਾਰੀਆਂ ਸੈਟਿੰਗ ਆਪਾਂ ਫਾਰਮੈਟ ਟੈਬ ਦੇ ਵਿੱਚ ਜਾ ਕੇ ਕਰ ਸਕਦੇ। ਜਿੱਦਾਂ ਕਿ ਆ ਪਿਕਚਰ ਚੇਂਜ ਕਰਨੀ ਹੋਵੇ, ਦੈਨ ਆਪਾਂ ਉਹ ਇੱਥੋਂ ਕੱਟ ਕਰਕੇ ਜਾਂ ਫਿਰ ਡਿਲੀਟ ਕਰਕੇ ਪਿਕਚਰ ਨੂੰ ਜਿਹੜਾ ਇੱਥੇ ਹੋਰ ਕੋਈ ਪਿਕਚਰ ਜਿਹੜੀ ਆਪਾਂ ਇਨਸਰਟ ਕਰ ਸਕਦੇ ਹਾਂ। ਸੋ ਦੇਖਦੇ ਹਾਂ ਹੁਣ ਆਪਾਂ ਜਿਹੜਾ ਨੈਕਸਟ ਆਪਣੀ ਆਪਸ਼ਨ ਕੀ ਆ। ਹੁਣ ਦੇਖੋ ਜਿੱਦਾਂ ਕਿ ਹੁਣ ਆਹ ਮੇਰੇ ਕੋਲ ਇੱਕ ਟੈਕਸਟ ਲਿਖਿਆ ਹੋਇਆ ਆ, ਇਹ ਟੈਕਸਟ ਜਿਹੜਾ ਮੈਂ ਕਾਪੀ ਕਰ ਲੈਂਦੀ ਹਾਂ, ਕਿਉਂਕਿ ਇਹ ਟੈਕਸਟ ਜਿਹੜਾ ਮੈਨੂੰ ਨੈਕਸਟ ਪੇਜ ਦੇ ਉੱਤੇ ਚਾਹੀਦਾ ਆ। ਦੇਖੋ ਮੈਂ ਇਹਨੂੰ ਸਾਰੇ ਨੂੰ ਸਿਲੈਕਟ ਕੀਤਾ, ਰਾਈਟ ਕਲਿੱਕ ਕਰਕੇ ਕਾਪੀ ਕੀਤਾ, ਦੈਨ ਦੇਖੋ ਜਿਹੜਾ ਮੇਰੇ ਤੋਂ ਨੀਚੇ ਹੋਰ ਤਾਂ ਪੇਜ ਹੈ ਨਹੀਂ, ਦੋ ਹੀ ਪੇਜ ਆ, ਵਨ ਆਫ ਟੂ, ਹੈ ਨਾ, ਦੋ ਪੇਜ ਆ ਸਿਰਫ ਮੇਰੇ ਕੋਲ। ਹੁਣ ਮੈਨੂੰ ਥਰਡ ਪੇਜ ਚਾਹੀਦਾ, ਦੈਨ ਮੈਂ ਬਲੈਂਕ ਪੇਜ ਦੇ ਉੱਤੇ ਕਲਿੱਕ ਕਰੂੰਗੀ। ਜਦੋਂ ਮੈਂ ਬਲੈਂਕ ਪੇਜ ਦੇ ਉੱਤੇ ਕਲਿੱਕ ਕੀਤਾ, ਦੇਖੋ ਆਟੋਮੈਟਿਕਲੀ ਮੇਰਾ ਕਰਸਰ ਜਿਹੜਾ ਆ ਨਿਊ ਪੇਜ ਦੇ ਉੱਤੇ ਚਲੇ ਗਿਆ। ਸੋ ਜਿਹੜਾ ਹੁਣ ਮੈਂ ਇੱਥੇ ਜਿਹੜਾ ਆ ਸੈਕਿੰਡ ਥਰਡ ਪੇਜ ਦੇ ਉੱਤੇ ਜਿਹੜਾ ਆ ਆਪਣਾ ਇਹ ਟੈਕਸਟ ਪੇਸਟ ਕਰ ਦੂੰਗੀ। ਮਤਲਬ ਕਿ ਇਹ ਟੈਕਸਟ ਮੈਨੂੰ ਇੱਥੇ ਚਾਹੀਦਾ ਸੀ, ਸੋ ਮੈਂ ਇੱਥੇ ਪੇਸਟ ਕਰ ਦਿੱਤਾ। ਸੋ ਇਹ ਤਾਂ ਹੋ ਗਿਆ ਆਪਣਾ ਬਲੈਂਕ ਪੇਜ ਇਨਸਰਟ ਕਰਨਾ। ਹੁਣ ਸਪੋਜ਼ ਕਰੋ ਕਿ ਜਿਹੜਾ ਪੇਜ ਬ੍ਰੇਕ ਆ ਉਹਦਾ ਕੀ ਕੰਮ ਹੁੰਦਾ ਆ। ਦੇਖੋ ਜਿਸ ਤਰ੍ਹਾਂ ਇਹ ਮੇਰੇ ਕੋਲ ਟੈਕਸਟ ਸੀ, ਇਹਨੂੰ ਦੁਬਾਰਾ ਮੈਂ ਪੇਸਟ ਕਰ ਲੈਂਦੀ। ਦੇਖੋ ਇਹ ਮੇਰੇ ਕੋਲ ਹੁਣ ਕਾਫੀ
ਸੋ ਮੈਨੂੰ ਜਿੱਥੋਂ ਉਹ ਟੈਕਸਟ ਚਾਹੀਦਾ ਸੀ, ਮੰਨ ਲਓ ਇੰਨਾ ਟੈਕਸਟ ਮੈਨੂੰ ਨੈਕਸਟ ਪੇਜ 'ਤੇ ਚਾਹੀਦਾ ਆ, ਸੋ ਮੈਂ ਇਹਦੇ ਮੂਹਰੇ ਜਿਹੜਾ ਹੈ ਕਲਿੱਕ ਕਰੂੰਗੀ, ਕਲਿੱਕ ਕਰਕੇ ਪੇਜ ਬ੍ਰੇਕ ਦੇ ਉੱਤੇ ਕਲਿੱਕ ਕਰੂੰਗੀ, ਦੇਖੋ ਆਟੋਮੈਟਿਕ ਜਿਹੜਾ ਆਪਣੇ ਆਪ ਟੈਕਸਟ ਮੇਰਾ ਨੈਕਸਟ ਪੇਜ ਦੇ ਉੱਤੇ ਚਲੇ ਗਿਆ। ਹੁਣ ਮੇਰੇ ਜਿਹੜੇ ਆ 4 ਪੇਜ ਟੋਟਲ ਬਣ ਚੁੱਕੇ ਆ, ਇੱਕ ਹੋ ਗਿਆ ਆਪਣਾ ਕਵਰ ਪੇਜ ਅਤੇ ਬਾਕੀ ਆਪਣੇ ਹੋ ਗਏ ਟੈਕਸਟ ਪੇਜ ਜਿਹੜੇ ਬਣ ਚੁੱਕੇ ਆ, ਜਿਹੜੇ 3 ਆਪਣੇ ਟੈਕਸਟ ਪੇਜ ਬਣ ਚੁੱਕੇ ਆ, ਸੋ ਟੋਟਲ ਇਹ 4 ਪੇਜ ਹੋ ਗਏ ਆ। ਸੋ ਇਸ ਤਰ੍ਹਾਂ ਜਿਹੜਾ ਆਪਾਂ ਇੱਥੇ ਜਿਹੜਾ ਇਸਨੂੰ ਯੂਜ਼ ਕਰ ਸਕਦੇ। ਹੁਣ ਮੰਨ ਲਓ ਕਿ ਮੈਂ ਟੇਬਲ ਕ੍ਰੀਏਟ ਕਰਨਾ, ਦੇਖੋ ਟੇਬਲ ਇੱਕ ਤਾਂ ਤੁਸੀਂ ਇੱਥੋਂ ਸਿਲੈਕਟ ਕਰ ਸਕਦੇ ਕਿ ਤਿੰਨ ਤੁਹਾਨੂੰ ਕਿੰਨੇ ਕੋਲਮ ਕਿੰਨੇ ਰੋ ਚਾਹੀਦੇ, ਅਤੇ ਦੂਸਰਾ ਇਨਸਰਟ ਟੇਬਲ ਦੇ ਉੱਤੇ ਕਲਿੱਕ ਕਰਕੇ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਕਿ ਕਿੰਨੀਆਂ ਤੁਹਾਨੂੰ ਕੋਲਮ ਚਾਹੀਦੇ, ਕਿੰਨੀਆਂ ਰੋ, ਜਿੱਦਾਂ ਕਿ ਮੈਂ ਇੱਥੇ 3 ਕੋਲਮ ਸਿਲੈਕਟ ਕੀਤੇ ਔਰ 2 ਰੋਜ਼ ਲਈਆਂ। ਸੋ ਇੱਥੇ ਨਾਲ ਹੀ ਜਿਹੜੀਆਂ 2 ਟੈਬਸ ਆਪਾਂ ਨੂੰ ਅਵੇਲੇਬਲ ਹੁੰਦੀਆਂ, ਡਿਜ਼ਾਈਨ ਐਂਡ ਲੇਆਊਟ। ਡਿਜ਼ਾਈਨ ਦੇ ਵਿੱਚ ਆਪਾਂ ਟੇਬਲ ਦੀ ਸਾਰੀ ਜਿਹੜੀ ਸੈਟਿੰਗ ਕਰ ਸਕਦੇ ਹਾਂ, ਲੇਆਊਟ ਦੇ ਵਿੱਚ ਵੀ ਟੇਬਲ ਦੀਆਂ ਸੈਟਿੰਗਸ ਆਪਾਂ ਕਰ ਸਕਦੇ ਹਾਂ। ਇਹ ਉਦੋਂ ਹੀ ਅਵੇਲੇਬਲ ਹੁੰਦੀਆਂ ਜਦੋਂ ਆਪਾਂ ਟੇਬਲ ਨੂੰ ਕ੍ਰੀਏਟ ਕਰਦੇ ਹਾਂ। ਸੋ ਦੇਖੋ ਜਿੱਦਾਂ ਕਿ ਹੁਣ ਇਹਦੇ ਵਿੱਚ ਜਿਹੜਾ ਮੈਨੂੰ ਛੋਟਾ ਵੱਡਾ ਵੀ ਕਰ ਸਕਦੀ ਹਾਂ, ਦੇਖੋ ਕਰਸਰ ਨਾਲ ਫੜ ਕੇ। ਸੋ ਇਸੇ ਤਰ੍ਹਾਂ ਨੈਕਸਟ ਹੈਗਾ ਆਪਣੇ ਕੋਲ ਡਰੋਅ ਟੇਬਲ। ਅਗਰ ਮੈਂ ਡਰੋਅ ਮਤਲਬ ਕਿ ਖੁਦ ਆਪਾਂ ਡਰੋਅ ਕਰਨਾ ਹੁੰਦਾ, ਇਹਦਾ ਇੱਕ ਪੈਨ ਜੀ ਸ਼ੇਪ ਬਣ ਜਾਂਦੀ ਆ, ਉਹਨੂੰ ਜਿੱਧਰ ਨੂੰ ਵੀ ਤੁਸੀਂ ਮੂਵ ਕਰੋਗੇ ਉਹਦੇ ਨਾਲ ਜਿਹੜਾ ਇਹ ਡਰੋਅ ਹੁੰਦਾ ਜਾਵੇਗਾ। ਸਪੋਜ਼ ਹੁਣ ਜਿਹੜਾ ਮੈਂ ਇੱਥੇ 2 ਕੋਲਮ ਬਣਾ ਲਿਆ, ਜਿਹੜਾ ਕਿ 1 ਕੋਲਮ ਜਿਹੜਾ ਥੋੜ੍ਹਾ ਟਾਈਟ ਰੱਖਿਆ, ਬਾਕੀ 2 ਕੋਲਮ ਜਿਹੜੇ ਆ ਮੈਂ ਵੱਡੇ ਵੱਡੇ ਰੱਖਿਆ। ਸੋ ਇਸੇ ਤਰ੍ਹਾਂ ਮੈਂ 2 ਰੋਜ਼ ਜਿਹੜੀਆਂ ਕ੍ਰੀਏਟ ਕਰ ਲਈਆਂ। ਸੋ ਨੈਕਸਟ ਆਪਣੀ ਆਪਣੀ ਆਪਸ਼ਨ ਹੈਗੀ ਹੈ ਐਕਸਲ ਸਪਰੈਡਸ਼ੀਟ, ਮਤਲਬ ਕੋਈ ਐਕਸਲ ਦੀ ਸ਼ੀਟ ਐਡ ਕਰਨੀ ਹੋਵੇ। ਨੈਕਸਟ ਹੈਗਾ ਕਿਕ ਟੂਲ ਬਾਰ, ਮਤਲਬ ਇਹਦੇ ਵਿੱਚੋਂ ਕੋਈ ਕੈਲੰਡਰ, ਜਿੱਦਾਂ ਕਿ ਆ ਮੈਂ ਕੈਲੰਡਰ ਐਡ ਕਰ ਲਿਆ, ਅਤੇ ਇਹਦੀ ਤੁਸੀਂ ਜਿਹੜੀ ਆ ਡੇਟ ਆਫ ਡੇਟ ਇੱਥੋਂ ਚੇਂਜ ਕਰ ਸਕਦੇ ਹੋ ਜਿਹੜੀ ਵੀ ਤੁਸੀਂ ਲੈਣਾ ਚਾਹੁੰਦੇ ਹੋ। ਸੋ ਸਪੋਜ਼ ਹੁਣ ਜਿਹੜਾ ਮੈਂ ਆ ਟੇਬਲ ਕ੍ਰੀਏਟ ਕੀਤਾ ਸੀ, ਇਹਦੇ ਵਿੱਚ ਕੁਛ ਲਿਖਣਾ ਆ, ਸੋ ਇਹਦੇ ਵਿੱਚ ਕਲਿੱਕ ਕਰਾਂਗੀ, ਦੈਨ ਮੇਰਾ ਜਿਹੜਾ ਆ ਕਰਸਰ ਆ ਜਾਵੇਗਾ। ਸੋ ਟੈਬ ਕੀ ਪ੍ਰੈਸ ਕਰਕੇ ਆਪਾਂ ਨੈਕਸਟ ਕੀ ਦੇ ਜਿਹੜਾ ਆ ਕੋਲਮ ਦੇ ਵਿੱਚ ਜਾਣਾ ਆ। ਟੈਬ ਕੀ ਕੀਬੋਰਡ ਤੋਂ ਪ੍ਰੈਸ ਕਰਨੀ ਆ, ਟੈਬ ਕੀ ਜਦੋਂ ਪ੍ਰੈਸ ਕਰਦੇ ਹਾਂ ਤਾਂ ਆਪਾਂ ਨੈਕਸਟ ਨੈਕਸਟ ਕੋਲਮ ਦੇ ਵਿੱਚ ਆਉਂਦੇ ਜਾਂਦੇ ਹਾਂ। ਸੋ ਜਿੱਦਾਂ ਮੈਂ ਇੱਥੇ ਲਿਖਿਆ ਨੇਮ, ਬੁੱਕ ਐਂਡ ਟੋਟਲ ਪੇਜਸ, ਨੇਮ ਮੈਂ ਲਿਖ ਦਿੱਤਾ ਕਿਰਨ, ਬੁੱਕ ਦਾ ਨਾਮ ਲਿਖ ਦਿੱਤਾ ਮੋਟੀਵੇਸ਼ਨਲ ਸਟੋਰੀ, ਐਂਡ ਇਸ ਬੁੱਕ ਦੇ ਪੇਜ ਕਿੰਨੇ ਆ ਟੋਟਲ, ਸੋ ਮੈਂ ਉਹ ਉੱਥੇ ਲਿਖ ਦਿੰਦੀ ਹਾਂ 500। ਸੋ ਇਸ ਤਰ੍ਹਾਂ ਆਪਾਂ ਜਿਹੜਾ ਕੋਈ ਵੀ ਟੇਬਲ ਕ੍ਰੀਏਟ ਕਰ ਸਕਦੇ ਹਾਂ। ਸੋ ਨੈਕਸਟ ਹੈਗਾ ਆਪਣੇ ਕੋਲ ਆਪਸ਼ਨ ਪਿਕਚਰ। ਮੰਨ ਲਓ ਕਿ ਮੈਂ ਆ ਟੇਬਲ ਦੇ ਵਿੱਚ ਪਿਕਚਰ ਕ੍ਰੀਏਟ ਕਰਨੀ, ਤੁਸੀਂ ਵੈਸੇ ਪੇਜ ਦੇ ਉੱਤੇ ਵੀ ਕਰ ਸਕਦੇ ਹੋ, ਮੈਂ ਟੇਬਲ ਦੇ ਵਿੱਚ ਦੱਸ ਦਿੰਦੀ ਹਾਂ। ਦੇਖੋ ਇੱਥੋਂ ਤੁਸੀਂ ਪਿਕਚਰ 'ਤੇ ਕਲਿੱਕ ਕੀਤਾ, ਦੈਨ ਬਰਾਊਜ਼ਰ ਓਪਨ ਹੋ ਜਾਂਦਾ, ਇਹਦੇ ਵਿੱਚ ਤੁਸੀਂ ਕੋਈ ਪਿਕਚਰ ਜਿਹੜੀ ਆ ਸਿਲੈਕਟ ਕਰ ਲੈਣੀ। ਸਪੋਜ਼ ਮੈਂ ਆਹ ਵਾਲੀ ਪਿਕਚਰ ਸਿਲੈਕਟ ਕਰ ਲਈ ਆ। ਸੋ ਹੁਣ ਇਹ ਜਿਹੜੀ ਪਿਕਚਰ, ਇਹਨੂੰ ਤੁਸੀਂ ਛੋਟਾ ਵੱਡਾ ਕਰ ਸਕਦੇ, ਕਿਉਂਕਿ ਇਹ ਪਿਕਚਰ ਵੱਡੀ ਸੀ, ਸੋ ਇਸ ਕਰਕੇ ਇਹਨੂੰ ਮੈਂ ਥੋੜ੍ਹਾ ਛੋਟਾ ਕਰ ਲੈਂਦੀ ਹਾਂ। ਐਡਜਸਟ ਕਰ ਲੈਣਾ ਤੁਸੀਂ ਇਹਨੂੰ ਜਿਹੜਾ ਹੈ ਇਹਦੇ ਸਾਈਡਸ ਤੋਂ ਪਕੜ ਕੇ, ਮਾਊਸ ਦੇ ਕਰਸਰ ਦੇ ਨਾਲ ਬਹੁਤ ਹੀ ਆਸਾਨੀ ਨਾਲ ਤੁਸੀਂ ਇਹਦਾ ਜਿਹੜਾ ਸਾਈਜ਼ ਆ ਘੱਟ ਵੱਧ ਕਰ ਸਕਦੇ ਹੋ। ਦੇਖੋ ਇਹਦੇ ਨਾਲ ਹੀ ਫਾਰਮੈਟ ਟੈਬ ਵੀ ਆਪਾਂ ਨੂੰ ਅਵੇਲੇਬਲ ਹੋ ਗਈ ਆ। ਹੁਣ ਫਾਰਮੈਟ ਟੈਬ ਦੇ ਵਿੱਚ ਆਪਾਂ ਚੇਂਜਸ ਕਰਨੀਆਂ ਹੋਣ, ਦੇਖੋ ਸਪੋਜ਼ ਇੱਥੋਂ ਮੈਂ ਕੋਈ ਫਰੇਮ ਲੈਣਾ ਚਾਹੁੰਦੀ ਫੋਟੋ ਦਾ, ਸਪੋਜ਼ ਮੈਂ ਇੱਥੋਂ ਸਰਕਲ ਵਾਲਾ ਜਿਹੜਾ ਆ ਫਰੇਮ ਲੈ ਲਿਆ, ਦੇਖੋ ਸਰਕਲ ਦੇ ਵਿੱਚ ਆ ਗਈ ਮੇਰੀ ਪਿਕਚਰ ਆਟੋਮੈਟਿਕਲੀ। ਸੋ ਇਸ ਤਰ੍ਹਾਂ ਤੁਸੀਂ ਇੱਥੋਂ ਕਲਰ ਵਗੈਰਾ ਵੀ ਇਹਦਾ ਸਿਲੈਕਟ ਕਰ ਸਕਦੇ ਹੋ, ਕਿਸ ਤਰ੍ਹਾਂ ਦਾ ਤੁਹਾਨੂੰ ਕਲਰ ਚਾਹੀਦਾ, ਜਿੱਦਾਂ ਕਿ ਆ ਮੈਂ ਰੈੱਡ ਸਿਲੈਕਟ ਕਰ ਲਿਆ। ਔਰ ਅਗਰ ਤੁਸੀਂ ਇਹਦੀ ਬੈਕਗਰਾਊਂਡ ਵੀ ਜਿਹੜੀ ਰਿਮੂਵ ਕਰਨਾ ਚਾਹੁੰਦੇ, ਦੈਨ ਉਹਦੀ ਆਪਸ਼ਨ ਵੀ ਆਪਾਂ ਨੂੰ ਇਹਦੇ ਵਿੱਚ ਮਿਲ ਜਾਂਦੀ ਹੈ। ਜਿੱਦਾਂ ਕਿ ਮੈਂ ਚੇਂਜ ਬੈਕਗਰਾਊਂਡ ਦੇ ਉੱਤੇ ਕਲਿੱਕ ਕੀਤਾ, ਦੈਨ ਇੱਥੋਂ ਜਿਹੜੇ ਆਹ ਜਿੰਨੇ ਵੀ ਤੁਸੀਂ ਅਗਰ ਜਿਹੜੇ ਰੱਖਣਾ ਚਾਹੁੰਦੇ ਆ, ਉਹ ਤੁਸੀਂ ਜਿਹੜਾ ਆ ਮਾਰਕ ਜਿਹੜਾ ਏਰੀਆ ਗ੍ਰੀਨ ਵਾਲਾ ਚੂਜ਼ ਕਰਨਾ, ਅਗਰ ਜਿਹੜੇ ਤੁਸੀਂ ਨਹੀਂ ਰੱਖਣਾ ਚਾਹੁੰਦੇ ਉਹਨੂੰ ਤੁਸੀਂ ਰੈੱਡ ਵਾਲੇ ਦੇ ਨਾਲ ਸਿਲੈਕਟ ਕਰਨਾ ਆ। ਸਪੋਜ਼ ਜਿਹੜਾ ਮੈਂ ਏਰੀਆ ਨਹੀਂ ਰੱਖਣਾ ਚਾਹੁੰਦੀ, ਮੈਂ ਉਹਨੂੰ ਜਿਹੜਾ ਆ ਰੈੱਡ ਵਾਲੇ ਦੇ ਨਾਲ ਜਿੱਦਾਂ ਇਸ ਤਰ੍ਹਾਂ ਮੈਂ ਸਿਲੈਕਟ ਕਰ ਲੈਣਾ ਹੈ ਜਿੰਨਾ ਜਿੰਨਾ ਵੀ ਪੋਰਸ਼ਨ ਚਾਹੀਦਾ। ਦੇਖੋ ਇੰਨਾ ਮੈਂ ਪੋਰਸ਼ਨ ਜਿਹੜਾ ਸੀ ਮੈਨੂੰ ਸਿਰਫ ਸੈਂਟਰ ਵਾਲਾ ਪੋਰਸ਼ਨ ਚਾਹੀਦਾ, ਬਾਕੀ ਪੋਰਸ਼ਨ ਨਹੀਂ ਚਾਹੀਦਾ। ਸੋ ਉਸ ਤੋਂ ਬਾਅਦ ਕੀਪ ਚੇਂਜਸ ਦੇ ਉੱਤੇ ਕਲਿੱਕ ਕਰਨਾ, ਦੇਖੋ ਮੇਰੀ ਜਿਹੜੀ ਬੈਕਗਰਾਊਂਡ ਆ ਬਹੁਤ ਹੀ ਆਸਾਨੀ ਨਾਲ ਰਿਮੂਵ ਹੋ ਗਈ ਆ। ਸੋ ਇਸ ਤੋਂ ਬਾਅਦ ਮੈਂ ਇੱਥੋਂ ਕਲਰ ਲੈ ਲੈਂਦੀ ਹਾਂ, ਦੇਖੋ ਮੈਂ ਇਹ ਜਿਹੜਾ ਕਲਰ ਲੈ ਲਿਆ ਆ, ਇਹ ਜੋ ਮੇਰੇ ਕਵਰ ਪੇਜ ਦੇ ਨਾਲ ਜਿਹੜਾ ਮੈਚ ਕਰ ਰਿਹਾ ਆ, ਸੋ ਇਸ ਕਰਕੇ ਇਹਨੂੰ ਮੈਂ ਇੱਥੋਂ ਲੈ ਲਿਆ। ਸੋ ਬਾਕੀ ਸੈਟਿੰਗਸ ਵੀ ਜਿਹੜੀਆਂ ਤੁਸੀਂ ਇੱਥੋਂ ਕਰ ਸਕਦੇ ਹੋ, ਅਗਰ ਪਿਕਚਰ ਨੂੰ ਕ੍ਰੋਪ ਕਰਨਾ ਹੋਵੇ ਦੈਨ ਇੱਥੋਂ ਤੁਸੀਂ ਪਿਕਚਰ ਨੂੰ ਕ੍ਰੋਪ ਵੀ ਕਰ ਸਕਦੇ ਹੋ। ਇਹ ਸਾਰੀਆਂ ਫੋਰਮੈਟ ਦੀਆਂ ਸੈਟਿੰਗਸ ਆ। ਬਟ ਹੁਣ ਆਪਾਂ ਫਿਰ ਦੁਬਾਰਾ ਇਨਸਰਟ ਟੈਬ 'ਤੇ ਆ ਗਏ, ਦੈਨ ਹੁਣ ਆਪਾਂ ਦੇਖਦੇ ਹਾਂ ਕਿ ਕਲਿੱਪ ਆਰਟ ਕਿਸ ਤਰ੍ਹਾਂ ਐਡ ਕਰਨੀ। ਦੇਖੋ ਕਲਿੱਪ ਆਰਟ 'ਤੇ ਐਡ ਕੀਤਾ, ਦੈਨ ਇੱਧਰਲੇ ਪਾਸੇ ਆਪਣੇ ਕੋਲ ਕਲਿੱਪ ਆਰਟ ਓਪਨ ਹੋ ਗਈ। ਇਸ ਸਰਚ ਬਾਕਸ ਦੇ ਵਿੱਚ ਤੁਸੀਂ ਜਿਹੜੀ ਵੀ ਪਿਕਚਰ ਚਾਹੀਦੀ ਉਹ ਸਰਚ ਕਰਨੀ ਆ। ਤੁਸੀਂ ਇੱਥੇ ਲਿਖ ਕੇ ਗੋ 'ਤੇ ਕਲਿੱਕ ਕਰ ਦੇਣਾ, ਦੇਖੋ ਇੱਥੇ ਸਾਰੀਆਂ ਪਿਕਚਰ ਅਵੇਲੇਬਲ ਹੋ ਜਾਣੀਆਂ। ਤੁਸੀਂ ਇਹਦੇ ਵਿੱਚ ਕੋਈ ਵੀ ਪਿਕਚਰ ਚੂਜ਼ ਕਰ ਸਕਦੇ, ਜਿੱਦਾਂ ਕਿ ਮੈਂ ਆਹ ਪੀਸੀ ਦੀ ਪਿਕਚਰ ਚੂਜ਼ ਕਰ ਲਈ ਆ। ਦੇਖੋ ਇਹ ਪਿਕਚਰ ਮੇਰੀ ਇਨਸਰਟ ਹੋ ਗਈ ਆ। ਸੋ ਇਸ ਤਰ੍ਹਾਂ ਜਿਹੜੀ ਆਪਾਂ ਕਲਿੱਪਬੋਰਡ ਦੇ ਵਿੱਚੋਂ ਵੀ ਪਿਕਚਰ ਕੋਈ ਇਨਸਰਟ ਕਰ ਸਕਦੇ ਹਾਂ। ਦੇਖੋ ਇਹ ਹੁਣ ਕਵਰ ਪੇਜ ਬਣ ਗਿਆ ਆ। ਦੇਖੋ ਹੁਣ ਮੈਂ ਹੈਡਰ ਐਂਡ ਫੁੱਟਰ ਯੂਜ਼ ਕਰਨਾ ਆ। ਦੇਖੋ ਉੱਪਰ ਜਦੋਂ ਮੈਂ ਡਬਲ ਕਲਿੱਕ ਕਰਦੀ ਹਾਂ ਦੈਨ ਮੇਰਾ ਹੈਡਰ ਜਿਹੜਾ ਓਪਨ ਹੋ ਜਾਂਦਾ, ਅਗਰ ਮੈਂ ਨੀਚੇ ਕਲਿੱਕ ਕਰੂੰਗੀ ਦੈਨ ਇਹ ਫਿਰ ਵਾਪਸ ਚੱਲੇ ਜਾਵੇਗਾ। ਸੋ ਇਨਸਰਟ ਦੇ ਵਿੱਚ ਜਾ ਕੇ ਵੀ ਆਪਾਂ ਇਹਨੂੰ ਹੈਡਰ ਨੂੰ ਚੂਜ਼ ਕਰ ਸਕਦੇ,
सो इस तरह जिहड़ा है अपने जिहड़ा हरेक पेज के उत्ते हैडर आटोमैटिकली लग जाएगा, सिर्फ आपां एक जगह के उत्ते लगाउणा, हर पेज के उपर जिहड़ा इह शो होवेगा, आपां नूं हर पेज ते लगाउण दी लोड़ नहीं पैंदी आ। सो नैक्सट फुटर जिहड़ा आपां पेज के नीचे लगाउंदे आ, सो जिहड़ा इत्थों कोई भी तुसीं फुटर अपने अकॉर्डिंग चूज़ कर सकदे हो, जिद्दां कि मैं ये वाला चूज़ कर लिया, तो ये टैक्सट जां तां तुसीं कैंसल कर सकते हो, रिमूव कर सकते हो, जां फिर इत्थे कुछ तुसीं लिख सकते हो, जिद्दां कि मैं राइटर का नाम लिख दिता किरण सोढी और पेज नंबर अपना 1 हो गया। सो अपना हैडर भी लग गया एंड फुटर भी लग गया, दोनों अपने लग चुके हैं। तो देखो इन्हां नूं आपां नूं हर पेज के उत्ते लगाउण दी लोड़ नहीं पैंदी, आपां एक पेज के उत्ते लगाउणा आटोमैटिकली हर पेज के उत्ते चला जांदा। देखो पेज 1, पेज 2 एंड पेज 3, इस तरह जिहड़े अपने ही पेजिस लग गए। नैक्सट हैगा अपने कोल ऑप्शन पेज नंबरस दी, इहदे विच देखो टॉप ऑफ द पेज मतलब हैडर ऑफ द पेज, उही सेम बॉटम ऑफ द पेज मतलब फुटर ऑफ द पेज, सेम उही सैटिंग्स आ। नैक्सट अपने को हैगा आ पेज का मार्जिन, मार्जिन आप किस तरह का लेना चाहते हो। नैक्सट अपने को हैगा करंट पोजिशन, कि करंट पोजिशन किस तरह की होनी चाहिए, फ्रंट मतलब फॉरमेट किस तरह का होना चाहिए, कि मतलब जी अपनी काउंटिंग है वो 1 तो स्टार्ट होवे जां आप किसी होर नंबर तो स्टार्ट करना चाहते, मतलब कि 100 तो आप स्टार्ट करना चाहते हैं। सो इस तरह भी आप जी नंबरिंग कर सकते हैं। सो ये अपना हैडर एंड फुटर भी लग गया, तो सारा अपना ही ट्यूटोरियल कंप्लीट हो गया। सो मैं इनू हूँ सेव कर लैनी हाँ, कंट्रोल एस दब के भी तुसी सेव कर दे सकते हो, तो फाइल ते जाके सेव बटन ते क्लिक करके भी। सो डिस्कटॉप के उत्ते मैं इनू सेव कर लैनी हाँ। सो ये अपन इनसर्ट टैब दी कुछ ऑप्शनस, नैक्सट आप नैक्सट वीडियो के देखा बाकी जड़ियाँ रह गई। सो चैनल सबसक्राइब एंड शेयर जरूर करना, बैल बटन के आइकन पर जरूर क्लिक करना। थैंक यू सो मच।